ਦੋਸਤੋ ਰੀਜ਼ਨ ਕੁਛ ਵੀ ਹੋ ਸਕਦਾ ਹੈ ਵੋਟਰ ਕਾਰਡ ਕੈਂਸਲ ਕਰਵਾਉਣ ਲਈ, ਜਾਂ ਤਾਂ ਕਿਸੇ ਦੀ ਡੈਥ ਹੋ ਗਈ, ਉਸ ਤੋਂ ਬਾਅਦ ਆਪਾਂ ਨੂੰ ਵੋਟਰ ਕਾਰਡ ਜਿਹੜਾ ਕੈਂਸਲ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ, ਜਾਂ ਆਪਣੀ ਲੜਕੀ ਦੀ ਸ਼ਾਦੀ ਹੋ ਗਈ ਹੈ ਲਈ ਆਪਾਂ ਨੂੰ ਵੋਟਰ ਕਾਰਡ ਕੈਂਸਲ ਕਰਵਾ ਕੇ ਸ਼ਿਫਟ ਕਰਨਾ ਹੁੰਦਾ ਹੈ। ਮੈਂ ਤੁਹਾਡਾ ਦੋਸਤ ਮਨੂ ਮੋੜ 'ਤੇ ਵੋਟਰ ਕਾਰਡ ਡਿਲੀਟ ਜਾਂ ਕੈਂਸਲ ਕਿਵੇਂ ਕਰਵਾਉਣਾ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਣਾ ਹੈ ਅਤੇ ਉੱਥੇ ਟਾਈਪ ਕਰਨਾ ਗੂਗਲ ਵਿੱਚ ਜਾ ਕੇ nbsp.in। ਸਰਚ ਕਰਦੇ ਸਰ ਇਸ ਤਰ੍ਹਾਂ ਦਾ ਪੇਜ ਜਿਹੜਾ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ ਅਤੇ ਆਪਾਂ ਫਸਟ ਲਿੰਕ 'ਤੇ ਹੀ ਆਪਾਂ ਕਲਿੱਕ ਕਰ ਲਾਂਗੇ। ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਇੰਟਰਫੇਸ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ। ਇਸ ਤੋਂ ਬਾਅਦ ਨੀਚੇ ਆਪਾਂ ਨੂੰ ਲੌਗਇਨ ਅਤੇ ਰਜਿਸਟਰ ਦਾ ਆਪਸ਼ਨ ਸ਼ੋ ਕਰ ਰਿਹਾ, ਇਸ 'ਤੇ ਆਪਾਂ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਜੇ ਤੁਹਾਡੀ ਪਹਿਲੇ ਇਸ 'ਤੇ ਆਈਡੀ ਬਣੀ ਹੋਈ ਹੈ ਤਾਂ ਸਿੱਧਾ ਆਪਾਂ ਲੌਗਇਨ ਕਰ ਲਾਂਗੇ ਮੋਬਾਈਲ ਨੰਬਰ ਇੰਟਰ ਕਰਕੇ ਅਤੇ ਪਾਸਵਰਡ ਇੰਟਰ ਕਰਕੇ ਅਤੇ ਕੈਪਚਾ ਇੱਥੇ ਲੌਗਇਨ 'ਤੇ ਕਲਿੱਕ ਕਰ ਦਾਂਗੇ। ਜੇ ਤੁਹਾਡੀ ਇਸ 'ਤੇ ਆਈਡੀ ਨਹੀਂ ਬਣੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਡੋਂਟ ਹੈਵ ਅਕਾਊਂਟ ਰਜਿਸਟਰ ਐਸ ਏ ਨਿਊ ਯੂਜ਼ਰ 'ਤੇ ਆਪਾਂ ਕਲਿੱਕ ਕਰਾਂਗੇ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਫੋਰਮ ਜਿਹੜਾ ਆਪਣੇ ਸਾਹਮਣੇ ਓਪਨ ਹੋ ਜਾਂਦਾ, ਆਪਾਂ ਜਸਟ ਇੱਥੇ ਆਪਣਾ ਮੋਬਾਈਲ ਨੰਬਰ ਭਰਨਾ ਅਤੇ ਸੇਮ ਕੈਪਚਾ ਭਰਨਾ ਅਤੇ ਸੈਂਡ ਓ ਟੀ ਪੀ 'ਤੇ ਆਪਾਂ ਕਲਿੱਕ ਕਰ ਦੇਣਾ ਅਤੇ ਆਪਣੇ ਕੋਲ ਇੱਕ 6 ਅੱਖਰਾਂ ਦਾ ਜਿਹੜਾ ਓ ਟੀ ਪੀ ਆਉਂਦਾ ਮੋਬਾਈਲ 'ਤੇ। ਇਸ ਤੋਂ ਬਾਅਦ ਜੇ ਤੁਹਾਡੇ ਕੋਲ ਪਹਿਲਾਂ ਵੋਟਰ ਕਾਰਡ ਬਣਿਆ ਹੈ ਤਾਂ ਉਸਦਾ ਐਪਲੀਕੇ ਨੰਬਰ ਹੈ ਤਾਂ ਆਪਾਂ ਇੱਥੇ ਕਲਿੱਕ ਕਰ ਲਾਂਗੇ, ਜੇ ਨਹੀਂ ਹੈ ਤਾਂ ਆਪਾਂ ਇੱਥੇ ਕਲਿੱਕ ਕਰਕੇ ਅੱਗੇ ਦਾ ਪ੍ਰੋਸੈਸ ਜਿਹੜਾ ਕਰਾਂਗੇ। ਜੇ ਐਪਲੀਕੇ ਨੰਬਰ ਹੈ ਤਾਂ ਆਪਣੇ ਵੋਟਰ ਕਾਰਡ ਉੱਪਰ ਦੇਖਣਾ ਤੁਸੀਂ 7-8 ਅੱਖਰਾਂ ਦਾ ਜਿਹੜਾ ਇੱਕ ਨੰਬਰ ਹੁੰਦਾ ਉੱਥੇ ਫਿਲ ਕਰਾਂਗੇ, ਈਮੇਲ ਐਡਰੈਸ ਭਰਨਾ, ਪਾਸਵਰਡ ਅਤੇ ਕਨਫਰਮ ਪਾਸਵਰਡ ਰਿਪੀਟ ਕਰਨਾ ਪਾਸਵਰਡ। ਦੋਸਤੋ ਇੱਥੇ 2 ਵਾਰੀ ਪਾਸਵਰਡ ਫਿਲ ਕਰਕੇ ਰਜਿਸਟਰ 'ਤੇ ਆਪਾਂ ਕਲਿੱਕ ਕਰ ਦਾਂਗੇ ਅਤੇ ਕਿ ਕਿਸ ਤਰ੍ਹਾਂ ਦਾ ਜਿਹੜਾ ਪੈਟਰਨ ਹੋਣਾ ਚਾਹੀਦਾ ਪਾਸਵਰਡ ਦਾ, ਫਿਰ ਹੀ ਅਪਰੂਵਲ ਮਿਲਦਾ ਹੈ ਇਸ ਦਾ ਰਜਿਸਟਰ ਕਰਨ ਦਾ। ਰਜਿਸਟਰ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਮੋਬਾਈਲ ਨੰਬਰ ਅਤੇ ਪਾਸਵਰਡ ਤੁਹਾਡਾ ਜਨਰੇਟ ਹੋ ਜਾਵੇ। ਹੁਣ ਕਰਨਾ ਕਿਆ, ਦੁਬਾਰੇ ਆਪਾਂ ਇਸ ਪੇਜ 'ਤੇ ਆਵਾਂਗੇ ਅਤੇ ਆਪਣਾ ਮੋਬਾਈਲ ਨੰਬਰ ਜਾਂ ਐਪਲੀਕੇ ਨੰਬਰ ਜਾਂ ਈਮੇਲ ਐਡਰੈਸ ਇਹਨਾਂ ਤਿੰਨਾਂ ਵਿੱਚੋਂ ਜੋ ਵੀ ਤੁਸੀਂ ਫਿਲ ਕਰਨਾ ਚਾਹੋ ਫਿਲ ਕਰ ਸਕਦੇ ਹੋ ਅਤੇ ਇੱਥੇ ਪਾਸਵਰਡ ਆਪਾਂ ਇੰਟਰ ਕਰਨਾ ਹੈ ਅਤੇ ਸੇਮ ਕੈਪਚਾ ਜਿਹੜਾ ਵੀ ਇਸ ਬੋਕਸ ਵਿੱਚ ਲਿਖਿਆ ਹੈ ਇੱਥੇ ਆਪਾਂ ਸੇਮ ਕੈਪਚਾ ਫਿਲ ਕਰਕੇ ਲੌਗਇਨ 'ਤੇ ਕਲਿੱਕ ਕਰ ਦਾਂਗੇ ਅਤੇ ਲੌਗਇਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਜਿਹੜਾ ਆਪਣੇ ਸਾਹਮਣੇ ਓਪਨ ਹੋ ਜਾਂਦਾ। ਹੁਣ ਆਪਾਂ ਇੱਥੇ ਫੋਰਮ ਦੇ ਬੋਕਸ ਉੱਤੇ ਕਲਿੱਕ ਕਰਾਂਗੇ ਅਤੇ ਇਸ ਤਰ੍ਹਾਂ ਦੀ ਜਿਹੜੀ ਲਿਸਟ ਆ ਤੁਹਾਡੇ ਸਾਹਮਣੇ ਓਪਨ ਹੋ ਜਾਵੇ। ਇੱਥੇ ਆਪਾਂ 7 ਨੰਬਰ ਫੋਰਮ 'ਤੇ ਕਲਿੱਕ ਕਰ ਲਾਂਗੇ। ਦੋਸਤੋ ਆਪਾਂ ਨੂੰ ਡੇਲੀ ਦਾ 1 GB ਜਾਂ 1.5 GB ਇੰਟਰਨੈਟ ਵਰਤਣ ਨੂੰ ਮਿਲਦਾ ਹੈ ਅਤੇ ਉਸ ਵਿੱਚੋਂ ਆਪਾਂ ਮੋਸਟਲੀ ਲੋਕ ਅੱਧਾ ਹੀ ਇੰਟਰਨੈਟ ਯੂਜ਼ ਕਰ ਪਾਉਂਦੇ ਨੇ ਅਤੇ ਅੱਧਾ ਜਿਹੜਾ ਕਿ ਉਹ ਵੇਸਟ ਹੋ ਜਾਂਦਾ। ਇਗਜ਼ੈਂਪਲ ਦੇ ਤੌਰ 'ਤੇ 1 GB ਡੇਟਾ ਮਿਲਿਆ ਅਤੇ ਉਸ ਵਿੱਚ ਆਪਾਂ 600 MB ਯੂਜ਼ ਕਰ ਲਿਆ ਅਤੇ 400 MB ਡੇਟਾ ਜਿਹੜਾ ਉਹ ਵੇਸਟ ਹੋ ਜਾਂਦਾ ਹੈ। ਹੁਣ ਦੋਸਤੋ ਆਪਾਂ ਉਸ ਵੇਸਟ ਹੋਏ 400 MB ਡਾਟਾ ਨੂੰ ਆਪਾਂ ਵੇਚ ਸਕਦੇ ਹਾਂ ਅਤੇ ਚੰਗੀ ਅਰਨਿੰਗ ਕਰ ਸਕਦੇ ਹਾਂ। ਦੋਸਤੋ ਜਿਵੇਂ ਤੁਹਾਡਾ 1 GB ਡਾਟਾ ਸੇਲ ਹੋ ਜਾਂਦਾ ਵਿਕ ਜਾਂਦਾ ਹੈ ਤਾਂ ਤੁਹਾਨੂੰ $3 ਉਸਦੇ ਮਿਲਦੇ ਨੇ। ਪੂਰੀ ਇਨਫੋਰਮੇਸ਼ਨ ਤਾਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇੱਕ ਵੀਡੀਓ ਮਿਲੇਗੀ ਅਤੇ ਉਸ 'ਤੇ ਕਲਿੱਕ ਕਰਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਕਿਵੇਂ ਇਸ ਦੀ ਸੈਟਿੰਗ ਕਰਨੀ ਹੈ ਅਤੇ ਕਿਵੇਂ ਤੁਸੀਂ ਇੱਕ ਐਪਲੀਕੇਸ਼ਨ ਦੀ ਮਦਦ ਨਾਲ ਆਪਣਾ ਡੇਟਾ ਵੇਚ ਕੇ ਪੈਸਾ ਕਮਾ ਸਕਦੇ ਹੋ। ਕਲਿੱਕ ਕਰਨ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਫੋਰਮ ਹੈ ਜਿਹੜਾ ਉਹ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ ਅਤੇ ਆਪਾਂ ਨੂੰ ਇਹ ਪੂਰਾ ਫੋਰਮ ਫਿਲ ਕਰਕੇ ਡਿਟੇਲ ਦੇਣੀ ਹੁੰਦੀ ਹੈ ਕਿ ਆਪਾਂ ਕਿਸ ਰੀਜ਼ਨ ਕਰਕੇ ਇਹ ਜਿਹੜਾ ਡਿਟੇ ਆਪਣਾ ਵੋਟਰ ਕਾਰਡ ਆ ਉਹ ਡਿਲੀਟ ਜਾਂ ਕੈਂਸਲ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਜੇ ਤੁਸੀਂ ਹਿੰਦੀ ਲੈਂਗੁਏਜ ਵਿੱਚ ਕੰਫਰਟੇਬਲ ਹੋ ਤਾਂ ਹਿੰਦੀ ਰਹਿਣ ਦਿਓ, ਨਹੀਂ ਇੰਗਲਿਸ਼ 'ਤੇ ਵੀ ਆਪਾਂ ਕਲਿੱਕ ਕਰਕੇ ਇਸ ਨੂੰ ਹਿੰਦੀ ਵਿੱਚ ਰੀਡ ਕਰ ਸਕਦੇ ਹਾਂ ਅਤੇ ਫਿਲ ਕਰ ਸਕਦੇ ਹਾਂ। ਅਤੇ ਬਾਕੀ ਦੋਸਤੋ ਨੋਰਮਲ ਜੀ ਡਿਟੇਲ ਹੈ, ਤੁਸੀਂ ਨੇਮ ਸਰਨੇਮ ਜਿਹੜਾ ਵੀ ਇਹਨਾਂ ਵਿੱਚ ਕੁਛ ਵੀ ਤੁਹਾਨੂੰ ਫਾਇੰਡ ਨਹੀਂ ਹੁੰਦਾ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਮੈਂ ਤੁਹਾਨੂੰ ਸਮਝਾ ਦਾਂਗਾ ਤੁਸੀਂ ਇਹ ਫਾਇੰਡ ਕਿੱਥੋਂ ਕਰਨਾ ਅਤੇ ਕਿਵੇਂ ਫੋਰਮ ਫਿਲ ਕਰਨਾ। ਅਤੇ ਫੋਰਮ ਨੂੰ ਫਿਲ ਕਰਨ ਤੋਂ ਬਾਅਦ ਆਪਾਂ ਜਸਟ ਇੱਥੇ ਆਪਣਾ ਰੀਜ਼ਨ ਦੱਸਣਾ ਹੈ ਕਿ ਰੀਜ਼ਨ ਕੀ ਹੈ ਵੀ ਮਿਸਿੰਗ ਐਕਸਪਾਇਰ ਹੋ ਗਏ ਜਾਂ ਸ਼ਿਫਟ ਕਿਤੇ ਹੋਰ ਹੋ ਗਿਆ ਜਿਹਦੀ ਵੀ ਆਪਾਂ ਡਿਲੀਟ ਕਰ ਰਹੇ ਹਾਂ ਵੋਟਰ ਕਾਰਡ, ਇਸਦਾ ਆਪਾਂ ਰੀਜ਼ਨ ਦੇ ਦਾਂਗੇ ਇੱਥੇ। ਅਤੇ ਆਪਣਾ ਜਿਹੜਾ ਐਡਰੈਸ ਆ ਜਿੱਥੋਂ ਆਪਾਂ ਇਹ ਐਪਲੀਕੇਸ਼ਨ ਫਿਲ ਕਰ ਰਹੇ ਹਾਂ ਉਸਦਾ ਆਪਾਂ ਸ਼ਹਿਰ ਦਾ ਇੱਥੇ ਨਾਮ ਲਿਖ ਦਾਂਗੇ ਅਤੇ ਕੈਪਚਾ ਸੇਮ ਫਿਲ ਕਰਕੇ ਆਪਾਂ ਸਬਮਿਟ 'ਤੇ ਕਲਿੱਕ ਕਰ ਦਾਂਗੇ। ਸਬਮਿਟ 'ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਣੇ ਕੋਲ ਇੱਕ ਰਜਿਸਟ੍ਰੇਸ਼ਨ ਆਈਡੀ ਮਿਲ ਜਾਂਦੀ ਹੈ ਜਿਸ ਦਾ ਆਪਾਂ ਸਕਰੀਨਸ਼ੋਟ ਲੈ ਲੈਣਾ ਹੈ ਜਾਂ ਉਸਦਾ ਇੱਕ ਮੈਸੇਜ ਆਪਣੇ ਮੋਬਾਈਲ ਨੰਬਰ 'ਤੇ ਅਤੇ ਜੀਮੇਲ 'ਤੇ ਵੀ ਆ ਜਾਂਦਾ, ਆਪਾਂ ਨੂੰ ਉਹ ਸੇਵ ਰੱਖਣਾ ਹੁੰਦਾ ਹੈ ਜਿਸ ਦੀ ਮਦਦ ਨਾਲ ਅੱਗੇ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਟਰੈਕ ਕਰ ਸਕਦੇ ਹੋ ਅਤੇ 1 ਮੰਥ ਦੇ ਵਿੱਚ ਤੁਹਾਡੀ ਫੀਲਡ ਵੈਰੀਫਿਕੇਸ਼ਨ ਹੁੰਦੀ ਹੈ ਕਿ ਜਿਹੜੀ ਤੁਸੀਂ ਡਿਟੇਲ ਦਿੱਤੀ ਉਹ ਸਹੀ ਹੈ ਜਾਂ ਨਹੀਂ। ਅਤੇ ਜਦੋਂ ਅਪਰੂਵਲ ਮਿਲ ਜਾਂਦੀ ਹੈ ਤਾਂ ਤੁਹਾਡਾ ਜਿਹੜਾ ਵੋਟਰ ਕਾਰਡ ਉਹ ਡਿਲੀਟ ਜਾਂ ਕੈਂਸਲ ਕਰ ਦਿੱਤਾ ਜਾਂਦਾ। ਕਿਉਂਕਿ ਦੋਸਤੋ ਇੰਨਾ ਜਿਹਾ ਪ੍ਰੋਸੈਸ ਸੀ, ਜੇ ਵੀਡੀਓ ਬੈਨੀਫਿਸ਼ਲ ਲੱਗੀ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਜੇ ਕੋਈ ਸਵਾਲ ਹੈ ਤੁਹਾਡੇ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਉਸਦਾ ਆਨਸਰ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗਾ।